ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਪ੍ਰਸ਼ਾਸਨ ਨੇ ਅਮਰੀਕੀ ਪਾਬੰਦੀਆਂ ਦੇ ਡਰ ਤੋਂ ਬਿਨਾ ਦੱਖਣੀ ਕੋਰੀਆ ਵਿੱਚ ਰੁਕੇ 6 ਅਰਬ ਅਮਰੀਕੀ ਡਾਲਰ ਦੇ ਈਰਾਨ ਫੰਡ ਕਤਰ ਨੂੰ ਟਰਾਂਸਫਰ ਕਰਨ ਦੇ ਲਈ ਅੰਤਰਰਾਸ਼ਟਰੀ ਬੈਂਕਾਂ ਨੂੰ ਕੰਬਲ ਛੋਟ ਜਾਰੀ ਕਰਕੇ ਈਰਾਨ ਵਿੱਚ ਨਜ਼ਰਬੰਦ 5 ਅਮਰੀਕੀ ਨਾਗਰਿਕਾਂ ਦੀ ਰਿਹਾਈ ਦਾ ਰਸਤਾ ਸਾਫ਼ ਕਰ ਦਿੰਦਾ ਹੈ ਇਸ ਤੋਂ ਇਲਾਵਾ ਸਮਝੌਤੇ ਦੇ ਤਹਿਤ ਪ੍ਰਸ਼ਾਸਨ ਨੇ ਅਮਰੀਕਾ ਦੇ ਵਿੱਚ ਕਾਬੂ ਕੀਤੇ ਪੰਜ ਇਰਾਨੀ ਨਾਗਰਿਕਾਂ ਨੂੰ ਰਿਹਾ ਕਰਨ ਦੇ ਲਈ ਵੀ ਸਹਿਮਤੀ ਜਤਾਈ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਿਛਲੇ ਹਫਤੇ ਦੇ ਅਖੀਰ ਦੇ ਵਿੱਚ ਪਾਬੰਦੀਆਂ ਦੀ ਛੋਟ ਤੇ ਦਸਤਖਤ ਕੀਤੇ ਸੀ ਇਸ ਤੋਂ ਇੱਕ ਮਹੀਨਾ ਪਹਿਲਾਂ ਅਮਰੀਕਾ ਤੇ ਇਰਾਨ ਅਧਿਕਾਰੀਆਂ ਨੇ ਕਿਹਾ ਸੀਗਾ ਕਿ ਸਿਧਾਂਤਕ ਤੌਰ ਤੇ ਸਮਝੌਤਾ ਹੋ ਗਿਆ ਹੈ ਨੋਟੀਫਿਕੇਸ਼ਨ ਦੇ ਮੁਤਾਬਕ ਅਮਰੀਕੀ ਕਾਂਗਰਸ ਨੂੰ ਸੋਮਵਾਰ ਦੇ ਤੱਕ ਛੋਟ ਦੇ ਫੈਸਲੇ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ ਸੌਦੇ ਦੀ ਰੂਪਰੇਖਾ ਪਹਿਲਾਂ ਹੀ ਕੋਸ਼ਿਸ਼ ਕੀਤੀ ਜਾ ਚੁੱਕੀ ਸੀ ਅਤੇ ਛੋਟਾਂ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਨੋਟੀਫਿਕੇਸ਼ਨ ਦੇ ਵਿੱਚ ਬਾਰ ਬਾਰ ਪ੍ਰਸ਼ਾਸਨ ਨੇ ਪਹਿਲਾਂ ਕਿਹਾ ਕਿ ਉਹ ਸੌਦੇ ਦੇ ਤਹਿਤ ਪੰਜ ইরਾਨੀ ਕੈਦੀਆਂ ਨੂੰ ਰਿਹਾ ਕਰ ਰਿਹਾ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਕੈਦੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਰਿਪਬਲਿਕਨ ਅਤੇ ਹੋਰ ਲੋਕਾਂ ਨੇ ਬੈਂਕਾਂ ਨੂੰ ਛੋੜ ਦੇਣ ਦੇ ਫੈਸਲੇ ਦੇ ਲਈ ਰਾਸ਼ਟਰਪਤੀ ਜੋ ਬਾਈਡਨ ਦੀ ਆਲੋਚਨਾ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਅਜਿਹੇ ਸਮੇਂ 'ਚ ਈਰਾਨ ਦੀ ਅਰਥ ਵਿਵਸਥਾ ਨੂੰ ਹੁਲਾਰਾ ਦੇਗਾ ਜਦੋਂ ਈਰਾਨ ਅਮਰੀਕੀ ਸੈਨਿਕਾਂ ਤੇ ਪੱਛਮੀ ਇਲਾਕੇ ਦੇ ਸਹਿਯੋਗੀਆਂ ਲਈ ਖਤਰਾ ਬਣ ਗਿਆ ਹੈ ਆਇਓਵਾ ਦੇ ਸੈਨੇਟਰ ਚਾਕ ਨੇ ਕਿਹਾ ਕੈਦੀਆਂ ਦੀ ਰਿਹਾਈ ਲਈ 6 ਅਰਬ ਅਮਰੀਕੀ ਡਾਲਰ ਦੇ ਭੁਗਤਾਨ ਨੂੰ ਲੈ ਕੇ ਅਮਰੀਕਾ ਨੂੰ ਬਲੈਕਮੇਲ ਕਰਨਾ ਹਾਸੋਹੀਣ ਹੈ ਜੋ ਈਰਾਨ ਦੀ ਨੰਬਰ 1 ਵਿਦੇਸ਼ ਨੀਤੀ ਅਤਵਾਦ ਨੂੰ ਸਿੱਧੇ ਤੌਰ ਤੇ ਵਿੱਤੀ ਸਹਾਇਤਾ ਦੇਗਾ ਅਕਨਸਾਂਸ ਦੇ ਸੈਨੇਟਰ ਟਾਮ ਨੇ ਬਾਈਡਨ ਤੇ ਅਤਵਾਦੀ ਦੁਨੀਆ ਦੇ ਸਭ ਤੋਂ ਪੈੜੇ ਪ੍ਰਯੋਜਕ ਦੇਸ਼ ਨੂੰ ਫਰੋਤੀ ਦੇਣ ਦਾ ਦੋਸ਼ ਲਗਾਇਆ ਵਾਈਟ ਹਾਊਸ ਨੇ ਇਹਨਾਂ ਆਲੋਚਨਾਵਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਕੇਵਲ ਇੱਕ ਪ੍ਰਤੀਕਿਰਿਆਤਮਕ ਕਦਮ ਹੈ ਜਿਸ ਦਾ ਉਦੇਸ਼ ਅਗਸਤ ਵਿੱਚ ਈਰਾਨ ਨਾਲ ਹੋਏ ਅਸਥਾਈ ਸਮਝੌਤੇ ਨੂੰ ਪੂਰਾ ਕਰਨਾ ਹੈ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਐਡਰੀਨ ਨੇ ਕਿਹਾ ਕਿ ਇੱਥੇ ਜੋ ਕੁਝ ਕੀਤਾ ਜਾ ਰਿਹਾ ਉਹ ਇੱਕ ਅਜੀਬ ਪ੍ਰਬੰਧ ਹੈ ਜਿਸ ਵਿੱਚ ਅਸੀਂ ਗਲਤ ਤਰੀਕੇ ਨਾਲ ਫੜੇ ਗਏ ਪੰਜ ਅਮਰੀਕੀਆਂ ਦੀ ਰਿਹਾਈ ਨੂੰ ਸੁਰੱਖਿਅਤ ਕਰ ਰਹੇ ਹਾਂ